ਨਿਹਾਲੋ ਬੋਲੇ ਸੋ ਨਿਹਾਲ ਸਾਧ ਅਕਾਲ ਜੋ ਬੋਲੇ ਸੋ ਨਿਹਾਲ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ, ਪਿੰਡ ਪੰਜ ਗਰਾਈਆਂ। ਇਹ ਸਾਡਾ ਬੱਚਾ ਅਤੇ ਇਹਨੇ ਬੜੀ ਤਰੱਕੀ ਕੀਤੀ ਹੈ, ਮਹਾਰਾਜ ਨੇ ਇਹਨੂੰ ਕਿਰ ਅਤੇ ਕਿਰਪਾ ਕੀਤੀ ਹੈ। ਪਹਿਲੋਂ ਛੋਟਾ ਹੁੰਦਾ ਸੀ ਸਾਡੇ ਕੋਲ ਰਿਹਾ, ਬਾਣੀ ਸਿੱਖੀ, ਇਹਨੇ ਬਾਣੀ ਸਿੱਖ ਕੇ ਗੁਰੂ ਨਾਲ ਐਸਾ ਜੁੜਿਆ ਵੀ ਆਪਾਂ ਨੂੰ ਪਤਾ ਹੀ ਹੈ, ਪਿੰਡ ਦੇ ਇਲਾਕੇ ਚਾਕੇ 'ਚ ਵੀ ਆਪਣੇ ਇਲਾਕੇ 'ਚ ਵੀ ਸਾਰੇ 'ਚ ਕਥਾ ਕਰਨ ਵੀ ਜਾਂਦਾ ਰਿਹਾ। ਅਤੇ ਉਹ ਤੋਂ ਬਾਅਦ ਇਹਨੇ ਪੜ੍ਹਾਈ ਐੱਮ ਏ ਕਰਕੇ, ਜਿਹੜੀ ਧਾਰਮਿਕ ਪੜ੍ਹਾਈ ਦੀ ਐੱਮ ਏ ਕਰਕੇ, ਗਿਆਨੀ ਕਰਕੇ, ਅਤੇ ਅੱਜ ਇਹ ਭਰਤੀ ਹੋ ਕੇ ਆਇਆ ਸੂਬੇਦਾਰ। ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇਹ ਇੱਥੇ ਮਹਾਰਾਜ ਚੜ੍ਹਦੀ ਕਲਾ ਰੱਖੇ, ਇਸੇ ਤਰ੍ਹਾਂ ਤਰੱਕੀਆਂ ਕਰੇ, ਅਤੇ ਇਹੋ ਹੀ ਸਾਡੀ ਅਰਦਾਸ ਹੈ। ਅਤੇ ਹੋਰ ਬੱਚਿਆਂ ਨੂੰ ਵੀ ਇਹੋ ਹੀ ਸਾਡੀ ਬੇਨਤੀ ਆ ਕਿ ਨਸ਼ਿਆਂ ਤੋਂ ਛੱਡ ਕੇ ਅਤੇ ਗੁਰੂ ਨਾਲ ਜੁੜੀਏ, ਬਾਣੀ ਨਾਲ ਜੁੜੀਏ। ਅੱਜ ਬਾਣੀ ਨਾਲ ਇਹ ਬੱਚਾ ਜੁੜਿਆ ਸੀ ਅਤੇ ਕਿੰਨੀ ਤਰੱਕੀ ਕੀਤੀ, ਕਿੰਨਾ ਮਾਣ ਮਹਿਸੂਸ ਕੀਤਾ, ਸਾਡੇ ਪਿੰਡ ਦਾ ਵੀ ਨਾਂ ਰੋਸ਼ਨ ਕੀਤਾ, ਸਾਡਾ ਵੀ ਰੋਸ਼ਨ ਕੀਤਾ, ਅਤੇ ਸਾਰੇ ਇਲਾਕੇ ਦਾ ਵੀ ਨਾਂ ਰੋਸ਼ਨ ਕੀਤਾ ਇਸ ਬੱਚੇ ਨੇ। ਅਤੇ ਇਹ ਬੜਾ ਸਾਨੂੰ ਵੱਡਾ ਇਹ ਜਿਹੜਾ ਖੁਸ਼ੀ ਆ, ਇਹਦੇ ਵਿੱਚ ਸਾਨੂੰ ਬੜਾ ਵੱਡਾ ਮਾਣ ਮਿਲ ਰਿਹਾ ਇਹਦੇ ਵਿੱਚ ਅੱਜ। ਅਤੇ ਬਾਕੀ ਬੱਚਿਆਂ ਨੂੰ ਵੀ ਇਹੋ ਬੇਨਤੀ ਆ ਕਿ ਬਾਣੀ ਨਾਲ ਜੁੜੀਏ, ਗੁਰੂ ਨਾਲ ਨਾ ਟੁੱਟੀਏ। ਗੁਰੂ ਨਾਲ ਜੁੜਿਆ ਹੀ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਅਤੇ ਆਪਾਂ ਦੀ ਇਹੋ ਹੀ ਅਰਦਾਸ ਬੇਨਤੀ ਹੈ। ਜੀ ਕੀ ਨਾਂ ਆ, ਅੱਜ ਕਿੰਨਾ ਕੁ ਮਾਣ ਸਨਮਾਨ ਮਿਲਣ ਡਿਆ ਵਾ, ਵੀ ਅੱਜ ਬੇਟਾ ਜਿਹੜਾ ਵਾ ਭਰਤੀ ਹੋ ਕੇ ਘਰ ਪਹੁੰਚਿਆ ਵਾ? ਸਰਦਾਰ ਨਰਿੰਦਰ ਸਿੰਘ, ਪਿੰਡ ਪੰਜ ਗਰੀਆਂ ਨਿੱਜਰਾਂ, ਜਸਕੰਦਰ ਸਿੰਘ ਬੇਟਾ ਮੇਰਾ ਭਰਤੀ ਹੋਇਆ ਆਰਮੀ 'ਚ RTGSU, ਅਤੇ ਬਹੁਤ ਇਹਨੇ ਮਿਹਨਤ ਵੀ ਕੀਤੀ ਆ ਅਤੇ ਫਿਰ ਉਹ ਤੱਕ ਪਹੁੰਚਿਆ। ਪੜ੍ਹਾਈ ਦਾ ਸਾਰਾ ਮੁੱਲ ਜੀ, ਅਤੇ ਸਾਰੇ ਬੱਚੇ ਪੜ੍ਹਨ, ਅਤੇ ਇਸ ਤਰ੍ਹਾਂ ਹੀ ਇਹਦੇ ਕੋਲ ਸਿਕੰਦਰ ਕੋਲ ਕਿਤਾਬਾਂ ਸਾਰੀਆਂ ਹੈਗੀਆਂ, ਜੇ ਕੋਈ ਬੱਚਾ ਪੜ੍ਹਨਾ ਚਾਹੇ ਤਾਂ ਦੱਸਿਆ ਵੀ ਕਰੋ, ਸਾਰੇ ਕੋਲ ਪੜ੍ਹਾਇਆ ਵੀ ਕਰੋ। ਹੋਰ ਹੀ ਪਿੰਡ ਦੇ ਦਾ ਨੌਜਵਾਨ ਕੋਈ ਵੀ ਨੌਕਰੀ ਕਰਨ ਅਤੇ ਇਸ ਤਰ੍ਹਾਂ ਸਨਮਾਨ ਤੋਂ ਦੇ ਰਹੇ ਹਨ, ਅਤੇ ਬਹੁਤ ਵਧੀਆ ਗੱਲ ਹੈ ਜੀ। ਕਿੰਨਾ ਕੁ ਮਾਣ ਮਹਿਸੂਸ ਹੋਣ ਡਿਆ ਜੀ? ਬਹੁਤ ਖੁਸ਼ੀ ਵਾਲੀ ਗੱਲ ਹੈ ਜੀ, ਬਹੁਤ ਵਧੀਆ ਜੀ। ਨਾਂ ਕਿਹੜਾ ਪਿੰਡ ਦੇ, ਕਿਹੜੇ ਰੈਂਕ 'ਚ ਅੱਜ ਤੁਸੀਂ ਭਰਤੀ ਹੋ ਕੇ ਆਏ ਹੋ? ਮੇਰਾ ਨਾਮ ਜੀ ਜਸਕੰਦਰ ਸਿੰਘ, ਪਿੰਡ ਪੰਜ ਗਰੀਆਂ ਨਿੱਜਰਾਂ। ਮੈਂ ਭਾਰਤੀ ਫੌਜ ਅੰਦਰ RTGSU ਐਜ਼ ਆ ਰਿਲੀਜੀਅਸ ਟੀਚਰ ਨਾਇਬ ਸੂਬੇਦਾਰ ਦਾ ਰੈਂਕ ਲੈ ਕੇ ਮੈਂ ਭਰਤੀ ਹੋਇਆ ਜੀ, ਅਤੇ ਅੱਜ ਮੈਂ ਆਪਣੀ ਟ੍ਰੇਨਿੰਗ ਕੋਰਸ ਪੂਰਾ ਕਰਕੇ ਔਰ ਸਾਰੇ ਕੋਰਸ 'ਚੋਂ ਪਹਿਲੇ ਨੰਬਰ 'ਤੇ ਗੋਲਡ ਮੈਡਲਿਸਟ ਲੈ ਕੇ ਮੈਂ ਆਪਣੇ ਪਿੰਡ ਪਹੁੰਚਿਆ ਜੀ। ਕਿੰਨਾ ਕੁ ਮਾਣ ਮਿਲਣ ਡਿਆ ਵੀ ਜੇ ਪਿੰਡ ਵਾਲਿਆਂ ਨੂੰ ਸਵਾਗਤ ਕੀਤਾ ਗਿਆ? ਬਹੁਤ ਵਧੀਆ ਲੱਗ ਰਿਹਾ ਜੀ, ਸਾਰੇ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲਿਆ ਇਹ 5-7 ਮਹੀਨੇ ਬਾਅਦ, ਅਤੇ ਇੰਨਾ ਟਾਈਮ ਕਦੇ ਰਹੇ ਨਹੀਂ ਸੀ ਘਰ ਤੋਂ ਬਾਹਰ ਵੀ, ਬਾਕੀ ਇੰਨੇ ਟਾਈਮ 'ਚ ਬਹੁਤ ਕੁਝ ਸਿੱਖਿਆ ਹੈ ਆਪਣਾ। ਚਲੋ ਆਪਣੇ ਸਾਗ ਸੰਬੰਧੀ ਸਭ ਨੇ ਬੜਾ ਸਤਿਕਾਰ ਕੀਤਾ ਜੀ, ਬਹੁਤ ਵਧੀਆ ਲੱਗ ਰਿਹਾ। ਕਿਤਨਾ ਕਿਤੇ ਜਿਹੜੇ ਨੌਜਵਾਨ ਆ ਉਹ ਵੱਡੇ ਪੱਧਰ 'ਤੇ ਨਸ਼ਿਆਂ ਦੀ ਦਲਦਲ 'ਚ ਫਸਦੇ ਜਾਂਦੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਇਹੀ ਕਹਾਂਗਾ ਜੀ, ਆਪਣਾ ਤੁਸੀਂ ਮੋਟਿਵ ਰੱਖੋ, ਕੋਈ ਜ਼ਿੰਦਗੀ ਦਾ ਕੁਝ ਬਣਨਾ ਹੈ। ਅਸੀਂ ਬੇਰੁਜ਼ਗਾਰੀ ਬਹੁਤ ਹੈ ਆਪਣੇ ਇੱਥੇ, ਪਰ ਮਿਹਨਤ ਕਰਨ ਦੇ ਨਾਲ ਨੌਕਰੀ ਮਿਲਦੀ, ਏਡੀ ਗੱਲ ਵੀ ਨਹੀਂ, ਨੌਕਰੀ ਮਿਲਦੀ ਨਹੀਂ ਹੈ। ਬਾਕੀ ਆਪਣੇ ਆਪ 'ਤੇ ਵਿਸ਼ਵਾਸ ਰੱਖਣਾ ਹੈ, ਗੁਰੂ ਸਾਹਿਬ 'ਤੇ ਭਰੋਸਾ ਰੱਖਣਾ ਹੈ, ਗੁਰੂ ਸਾਹਿਬ 'ਤੇ ਭਰੋਸਾ ਰੱਖਿਆ ਹੀ ਸਾਰੇ ਕਾਰਜ ਹੁੰਦੇ ਆ ਜੀ। ਪਰ ਵੇਖਿਆ ਕਿ ਜ਼ਿਆਦਾਤਰ ਜਿਹਦੇ ਨੌਜਵਾਨ ਆ ਬਾਹਰ ਦੂਸਰੇ ਕੰਮਾਂ ਨੂੰ ਜ਼ਿਆਦਾ ਪਹਿਲ ਦਿੰਦੇ ਆ, ਗੁਰਬਾਣੀ ਤੋਂ ਦੂਰ ਰਹਿੰਦੇ ਨੇ, ਤੁਸੀਂ ਗੁਰਬਾਣੀ ਦੇ ਵਿੱਚ ਪਰਫੈਕਟ ਰਹਿ ਗਏ, ਜਿਹੜੀ ਇਹ ਸਫਲਤਾ ਹਾਸਲ ਕੀਤੀ ਆ? ਹਾਂਜੀ ਹਾਂਜੀ, ਮੈਂ ਜੀ ਗੁਰਬਾਣੀ, ਬਾਬਾ ਜੀ ਮੇਰੇ ਨਾਲ ਖੜੇ ਨੇ, ਇਹਨਾਂ ਦੇ ਚਰਨ ਸਰਨ 'ਚ ਆਏ ਹਾਂ ਜੀ 2010 ਤੋਂ, ਅੱਜ 14-15 ਸਾਲ ਹੋ ਗਏ ਇਹਨਾਂ ਦੇ ਕੋਲ ਹੀ ਪਲੇ। ਇਹਨਾਂ ਨੇ ਸਾਰਾ ਸਿਖਾਇਆ ਜੀ, ਅਤੇ ਨਾਲ ਪੜ੍ਹਾਈ ਕੀਤੀ ਆਪਣੀ, ਅਤੇ ਮਹਾਰਾਜ ਜੀ ਨੇ ਕਿਰਪਾ ਕਰਕੇ ਸਫਲਤਾ ਬਖਸ਼ੀ ਹੈ ਜੀ। ਅੱਜ ਵੱਡਾ ਮਾਣ ਸਨਮਾਨ ਮਿਲਣ ਡਿਆ ਜੀ? ਬਹੁਤ ਵਧੀਆ ਲੱਗ ਰਿਹਾ ਜੀ।